ਇਹ ਸਾਰਾ ਜੀ ਧੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਉਹਨਾਂ ਦੀ ਰਹਿਮਤ ਆ ਜੀ ਸਾਰੀ ਅ ਸ਼ਹੀਦੀ ਬਾਗ ਅਨੰਦਪੁਰ ਸਾਹਿਬ ਕੇ ਜਿਹੜੇ ਸੰਤ ਬਾਬਾ ਗੁਰਦੇਵ ਸਿੰਘ ਜੀ ਮਹਾਰਾਜ ਅਨੰਦਪੁਰ ਸਾਹਿਬ ਵਾਲੇ ਸ਼ਹੀਦੀ ਬਾਗ ਵਾਲੇ ਉਹਨਾਂ ਦੇ ਦਰਸ਼ਨ ਕੀਤੇ ਤੇ ਉਹਨਾਂ ਨੇ ਪੈਂਦੇ ਹੀ ਕਹਿੰਦੇ ਜੀ ਸਿੰਘਾ ਮੜਿਆ ਵਾਪਸ ਆਉਣ ਲੱਗਿਆ ਗੱਡੀ ਦੇ ਵਿੱਚ ਮੈਨੂੰ ਇਹਨਾਂ ਨੇ ਸਰਪੰਚ ਸਾਹਿਬ ਨੇ ਕਿਹਾ ਕਹਿੰਦੇ ਵੀ ਜੀਵਨ ਸਿਆ ਇਹ ਕਿਸੇ ਨੂੰ ਕਹਿੰਦੇ ਨਹੀਂ ਤੂੰ ਕੇਸ ਰੱਖ ਲੈ ਮੈਂ ਕਹਾਂ ਲੱਖ ਰੁਪਈਆ ਦੇ ਮੈਂ ਤਾਂ ਨਾ ਰੱਖਾਂ ਮੈਂ ਜਾ ਕੇ ਤੇ ਇਹ ਪੱਲਾੜ ਤੱਕ ਇਹ ਤੁਸੀਂ ਕਿਰਪਾ ਕਰੋ ਉਹਨਾਂ ਕਹਾਂ ਮਾ ਵੱਡੇ ਮਹਾਂਪੁਰਖ ਅਰਦਾਸ ਕਰਨਗੇ ਸਾਡੇ ਮੰਚ ਸੀ ਬਾਅਦ ਚ ਕਰਨਗੇ ਪਰ ਉਹਨਾਂ ਨੇ ਉੱਥੇ ਸ਼ੀਧੀ ਪਹਰੇਆਂ ਵਿੱਚ ਅਰਦਾਸ ਕਰਤੀ ਕਿ ਅੱਜ ਤੋਂ ਬਾਦ ਸਿੰਘ ਕੇਸ ਕਤਲ ਨਹੀਂ ਕਰਾਏਗਾ ਤੇ ਅੱਜ ਮੈਂ ਦੱਸ ਦਵਾਂ ਕਿ ਮੇਰੇ ਪੂਰੇ ਸਿਰ ਤੇ ਕੇਸ ਨੇ ਜੀ ਬਹੁਤ ਲੰਬੇ ਲੰਬੇ ਐਸੀ ਮਹਾਰਾਜ ਕਿਰਪਾ ਕੀਤੀ ਕਿ ਉਹਨਾਂ ਕੇਸ ਤੋਂ ਹੀ ਇੱਕ ਸਿੱਖ ਦਾ ਜੀਵਨ ਸ਼ੁਰੂ ਹੁੰਦਾ ਵਾ ਕਿ ਬਹੁਤ ਵੱਡੀ ਇੱਕ ਗੱਲ ਆ ਤੇ ਬਹੁਤ ਵੱਡਾ ਮੈਸੇਜ ਵੀ ਜਾਂਦਾ ਖਾਸ ਕਰਕੇ ਜਿਹੜੀ ਸਾਡੀ ਉਹ ਨੌਜਵਾਨੀ ਜਿਹੜੀ ਅੱਜ ਪਤ ਤਾ ਜਿਹੜੀ ਨੌਜਵਾਨੀ ਸਾਡੀ ਲੱਚਰਤਾ ਦਾ ਸ਼ਿਕਾਰ ਆ ਸਿੱਖ ਮਾਨਸਿਕ ਨਸਲ ਕੁਚੀ ਦਾ ਸ਼ਿਕਾਰ ਜਿਹੜੇ ਸਾਡੇ ਬੱਚੇ ਹੋ ਰਹੇ ਨੇ ਉਹਨਾਂ ਨੂੰ ਇੱਕ ਮੈਸੇਜ ਸੀਗਾ ਸੋ ਅਸੀਂ ਸਾਡਾ ਫਰਜ਼ ਹੀ ਸਨਮਾਨਤ ਕਰਨਾ ਇਹਨਾਂ ਨੂੰ ਇਹਨਾਂ ਨੂੰ ਨਹੀਂ ਹਰ ਅਸੀਂ ਉਸ ਗੁਰਸਿੱਖ ਨੂੰ ਸਨਮਾਨਤ ਕਰਨਾ ਆਪਣਾ ਡਿਊਟੀ ਸਮਝਦੇ ਆ ਸਤਕਾਲ ਦੀਆਂ ਡਿਊਟੀ ਸਮਝਦੇ ਆ ਜਿਹੜਾ ਗੁਰਸਿੱਖੀ ਜੀਮ ਦੇ ਨਾਲ ਜੁੜਦਾ ਅਕਸਰ ਹੀ ਅਸੀਂ ਦੇਖਦੇ ਆ ਕਿ ਲੋਕ ਸਿੱਖ ਪਰਿਵਾਰ ਚ ਜਨਮੇ ਹੁੰਦੇ ਆ ਲੇਕਿਨ ਸਿੱਖੀ ਬਣਾ ਛੱਡ ਕੇ ਸਿੱਖ ਮਰਿਆਦਾ ਛੱਡ ਕੇ ਜਿਹੜੇ ਕੇਸ ਕਟਿੰਗ ਕਰਵਾ ਦਿੰਦੇ ਆ ਲੇਕਿਨ ਕੁਝ ਲੋਕ ਜਿਹੜੇ ਆ ਗੁਰਬਾਣੀ ਤੋਂ ਬਾਅਦ ਚ ਸੇਧ ਲੈ ਕੇ ਵਾਪਸ ਸਿੱਖ ਬਾਣੇ ਚ ਆਮਦੀ ਕੋਸ਼ਿਸ਼ ਜਿਹੜੀ ਹੈ ਉਹ ਕਰਦੇ ਆ ਇਸੇ ਤਰ੍ਹਾਂ ਦੇ ਹੀ ਅੱਜ ਤੁਹਾਨੂੰ ਮਿਲਾਂ ਜਾ ਰਹੇ ਆ ਜੈਜੇ ਲਾਹੌਰੀਆਂ ਨਾਲ ਇਹਨਾਂ ਦੇ ਪਹਿਲੇ ਸਿੱਖ ਪਰਿਵਾਰ ਚੋਂ ਜਨਮੇ ਆ ਲੇਕਿਨ ਇਹਨਾਂ ਵੱਲੋਂ ਕੇਸ ਜਿਹੜੇ ਕਟਵਾ ਕੇ ਜਿਹੜਾ ਆ ਮੋਡਲਿੰਗ ਅਤੇ ਸੰਗੀਤ ਦੀ ਦੁਨੀਆ ਵਿੱਚ ਇਹਨਾਂ ਨੇ ਆਪਣੇ ਪੈਰ ਅਜ਼ਮਾਉਣ ਦੀ ਕੋਸ਼ਿਸ਼ ਕੀਤੀ ਸੀ ਲੇਕਿਨ ਹੁਣ ਦੁਬਾਰਾ ਜਿਹੜੇ ਉਹ ਸਿੱਖ ਬਾਣੇ ਵਿੱਚ ਆ ਗਿਆ ਜਿਸ ਤੋਂ ਬਾਅਦ ਸਿੱਖ ਜਥੇਬੰਦੀਆਂ ਵੱਲੋਂ ਵਾਜ ਉਹਨਾਂ ਨੂੰ ਅੰਮ੍ਰਿਤ ਸਰ ਵਿੱਚ ਸਨਮਾਨਿਤ ਕੀਤਾ ਗਿਆ ਸਾਡੇ ਨਾਲ ਮੌਜੂਦ ਹੈ ਅਸੀਂ ਗੱਲਬਾਤ ਕਰਦੇ ਹਾਂ ਪਹਿਲਾਂ ਤਾਂ ਵਾਹਿਗੁਰੂ ਦੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਪ ਜੀ ਪਹਿਲੇ ਸਿੱਖ ਪਰਿਵਾਰ ਚੋ ਜੇ ਲੇਕਿਨ ਸਿੱਖ ਬਾਣੇ ਚ ਨਹੀਂ ਸੀ ਮੋਡਲਿੰਗ ਚ ਵੀ ਗਏ ਕਾਫੀ ਤੁਸੀਂ ਨਾਮ ਖਟਿਆ ਲੇਕਿਨ ਹੁਣ ਦੁਬਾਰਾ ਫਿਰ ਕਿਸ ਤਰ੍ਹਾਂ ਸਬਬ ਬਣਿਆ ਕਿ ਦੁਬਾਰਾ ਬਾਣੇ ਚ ਆਣ ਜੁੜੇ ਇਹ ਸਾਰਾ ਜੀ ਧੰਨ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਉਹਨਾਂ ਦੀ ਰਹਿਮਤ ਹੈ ਜੀ ਸਾਰੀ ਉਹੀ ਕਿਰਪਾ ਕਰਦੇ ਨੇ ਇੱਕ ਬਹਾਨਾ ਬਣਦਾ ਜੀ ਬਹਾਨਾ ਪਹਿਲਾਂ ਵੀ ਮੈਂ ਇੰਟਰਵਿਊ ਦੱਸ ਚੁੱਕਾ ਜੀ ਬਹਾਨਾ ਇਦਾਂ ਬਣਿਆ ਕਿ ਮੇਰਾ ਸੰਗ ਹੋਇਆ ਜੀ ਬਾਬਾ ਦਰਸ਼ਨ ਸਿੰਘ ਜੀ ਸਰਪੰਚ ਪਿੰਡ ਬੋਤਾ ਨਾਲ ਮੇਰੇ ਖਲੋਤੇ ਨੇ ਜੀ ਇਹਨਾਂ ਦੇ ਸੰਗ ਨੇ ਮੈਨੂੰ ਇਹ ਜਿਹੜਾ ਸੀਗਾ ਜੀ ਇਸ ਰੂਪੇ ਮੁੜ ਕੇ ਫਿਰ ਲਿਆਂਦਾ ਅ ਦਾਸ ਬੰਬਈ ਤੋਂ ਆਇਆ ਸੀ ਜਲੰਧਰ ਵਾਈਫ ਜੌਬ ਕਰਦੇ ਸੀ ਉਹਨਾਂ ਦੇ ਅਚਾਨਕ ਸੱਟ ਲੱਗਣ ਕਰਕੇ ਅਸੀਂ ਜਨਿਆਲਾਗੁਰੂ ਆ ਵਾਪਸ ਆ ਗਏ ਕਿਉਂਕਿ ਬਿਲੋਂਗ ਜਨਿਆਲਾਗੁਰੂ ਨੂੰ ਕਰਦੇ ਆ ਉਤੋਂ ਹੀ ਆਣ ਕੇ ਜਦੋਂ ਮੈਂ ਬਾਬਾ ਜੀ ਦੇ ਨਾਲ ਜਾਣਾ ਤੇ ਅਸੀਂ ਸਮਾਧਾ ਤਨਤਨ ਸ਼ੀਤ ਬਾਬਾ ਨੌਧ ਸਿੰਘ ਜੀ ਉੱਥੇ ਇਹਨਾਂ ਦੇ ਨਾਲ ਮੈਨੂੰ ਇਹ ਲੈ ਗਏ ਮੈਨੂੰ ਉੱਥੇ ਜਿਹੜਾ ਅੰਮ੍ਰਿਤਸਰ ਤੋਂ ਤਰਨਤਨ ਰੋਡ ਤੇ ਆ ਉੱਥੇ ਜਾ ਕੇ ਤੇ ਮੇਰਾ ਮਨ ਬੜਾ ਲੱਗਣਾ ਫਿਰ ਮੈਂ ਕਹਣਾ ਬਾਬਾ ਜੀ ਆਓ ਚੱਲੀਏ ਘਰਦੇ ਆ ਵੀ ਕਹਣਾ ਟਿਕਦਾ ਕਿਉਂ ਨਹੀਂਗਾ ਅਸੀਂ ਵਾਰ-ਵਾਰ ਫਿਰ ਉੱਥੇ ਆਜਿਆ ਕਰਨਾ ਉਤੋਂ ਸਤਿਗੁਰਾਂ ਕਿਰਪਾ ਕੀਤੀ ਅ ਵਿਸਾਖੀ ਦੇ ਉੱਤੇ ਅਸੀਂ ਗਏ ਜੀ ਮੁਕਤਸਰ ਸਾਹਿਬ ਉੱਥੇ ਅ ਸ਼ਹੀਦੀ ਬਾਗ ਅਨੰਦਪੁਰ ਸਾਹਿਬ ਵਿਖੇ ਜਿਹੜੇ ਸੰਤ ਬਾਬਾ ਗੁਰਦੇਵ ਸਿੰਘ ਜੀ ਮਹਾਰੂਗ ਅਨੰਦਪੁਰ ਸਾਹਿਬ ਵਾਲੇ ਸ਼ਹੀਦੀ ਬਾਗ ਵਾਲੇ ਉਹਨਾਂ ਦੇ ਦਰਸ਼ਨ ਕੀਤੇ ਤੇ ਉਹਨਾਂ ਨੇ ਪੈਂਦੇ ਹੀ ਕਹਿੰਦੇ ਜੀ ਸਿੰਘਾ ਮੁੜਿਆ ਤੇ ਮੈਂ ਵਜਨ ਕੀਤਾ ਜੀ ਇਹ ਮੁੜਿਆ ਨਹੀਂ ਜਾਣਾ ਫਿਰ ਉਹਨਾਂ ਦੂਜਾ ਵਜਨ ਕੀਤਾ ਕਿ ਵਾਪਸ ਆ ਜਾ ਇਸ ਆਧਾਰੀ ਵਜ੍ਹਾ ਮੈਂ ਫੇਰ ਵਚਨ ਕੀਤੇ ਕਿ ਨਹੀਂ ਤੀਜੇ ਵਚਨ ਜਿਹਦਾ ਨਾ ਕੀਤਾ ਕਿ ਸ਼ਹੀਦ ਸਿੰਘਾਂ ਦੇ ਜਾਇਕਰ ਵਾਪਸ ਆਇਆ ਚੰਗਾ ਰਹੇਗਾ ਮੈਂ ਚੁੱਪ ਰਿਆ ਵਾਪਸ ਆਉਣ ਲੱਗਿਆ ਗੱਡੀ ਦੇ ਵਿੱਚ ਮੈਨੂੰ ਇਹਨਾਂ ਨੇ ਸਰਪੰਚ ਸਾਹਿਬ ਨੇ ਕਿਹਾ ਕਹਿੰਦੇ ਵੀ ਜੀਵਨ ਸਿੰਘਾਂ ਇਹ ਕਿਸੇ ਨੂੰ ਕਹਿੰਦੇ ਨਹੀਂ ਤੂੰ ਕੇਸ ਰੱਖ ਲੈ ਮੈਂ ਕਿਹਾ ਲੱਖ ਰੁਪਈਆ ਦਾ ਮੈਂ ਤਾਂ ਨਾ ਰੱਖਾਂ ਪਰ ਅਚਾਨਕ ਐਸੀ ਮਹਾਰਾਣੀ ਕਿਰਪਾ ਕੀਤੀ ਚੌ ਪੰਜ ਦਿਨਾਂ ਬਾਅਦ ਹੀ ਕੋਈ ਐਸਾ ਚੋਜਰ ਆਇਆ ਗੁਰੂ ਪਾਸ਼ਾ ਨੇ ਇਹ ਬਾਬਾ ਜੀ ਨਾਲ ਸੀਗੇ ਸਾਡੇ ਇੱਕ ਨਾਸ ਸਿੰਘ ਨੇ ਸਿੰਘ ਉਹ ਵੀ ਨਾਲ ਸੀ ਤੇ ਇਹ ਤੰਤਨ ਸ਼ਹੀਦ ਬਾਬਾ ਨੋਤ ਸਿੰਘ ਜੀ ਸ਼ਹੀਦ ਸਮਾਧੇ ਤੇ ਅਸੀਂ ਜਦੋਂ ਗਏ ਆ ਤੇ ਉੱਥੇ ਮਹਾਂਪੁਰਖ ਸੰਤ ਬਾਬਾ ਗੁਰਦੇਵ ਸਿੰਘ ਜੀ ਸ਼ੀ ਦੀਬਾ ਗਾਲੇ ਇਹ ਚਾਲਿਆਂ ਚ ਸੀ ਤੇ ਮਿਸਲ ਸ਼ਹੀਦਾਂ ਤਰਨਾ ਦਲ ਦੇ ਮੁਖੀ ਬਾਬਾ ਗਜਨ ਸਿੰਘ ਜੀ ਸਿੰਘ ਸਾਹਿਬ ਇਹ ਉੱਥੇ ਖਲੋਤੇ ਸੀ ਤੇ ਅਸੀਂ ਪਹੁੰਚ ਗਏ ਆ ਉਦੋਂ ਮਹਾਪੁਰਖਾਂ ਨੇ ਬਾਬਾ ਗੁਰਦੇਵ ਸਿੰਘ ਜੀ ਨੇ ਮੈਨੂੰ ਕੋਈ ਇਸ਼ਾਰੇ ਨਾ ਕਿਹਾ ਪਰ ਮੈਨੂੰ ਸਮਝ ਨਹੀਂ ਮੈਂ ਤੇ ਜਿੱਦਾਂ ਬੰਦਾ ਸੁਧ-ਬਦ ਆਪਣੀ ਖੋ ਬੈਠਦਾ ਅੱਖਾਂ 'ਚ ਮੇਰੇ ਪਾਣੀ ਸੀ ਮੈਂ ਜਾ ਕੇ ਤੇ ਇਹ ਪੱਲਾ ੜਤਾ ਕਿ ਤੁਸੀਂ ਕਿਰਪਾ ਕਰੋ ਉਹਨਾਂ ਨੇ ਕਿਹਾ ਮਹਾਵਡੇ ਮਹਾਪੁਰਖ ਅਰਦਾਸ ਕਰਨਗੇ ਸਾਡੇ ਮਨ 'ਚ ਸੀ ਬਾਅਦ 'ਚ ਕਰਨਗੇ ਪਰ ਉਹਨਾਂ ਨੇ ਉੱਥੇ ਸ਼ੀਧੀ ਪਹਿਰੇ ਆ ਵਿੱਚ ਅਰਦਾਸ ਕਰਤੀ ਕਿ ਅੱਜ ਤੋਂ ਬਾਅਦ ਸਿੰਘ ਕੇਸ ਕਤਲ ਨਹੀਂ ਕਰਾਏਗਾ ਬਸ ਉੱਥੋਂ ਹੀ ਸ਼ੁਰੂਆਤ ਹੋਈ ਕੇਸ ਰਖ ਲੈ ਫਿਰ ਜਦੋਂ ਗੁਰੂ ਪਾਤਸ਼ਾਹਾਂ ਨੇ ਕਿਰਪਾ ਕੀਤੀ ਖੰਡੇ ਬਾਟੇ ਦੀ ਪੋਲ ਛੱਕ ਕੇ ਬਾਬਾ ਬਕਾਲਾ ਸਾਹਿਬ ਤੋਂ ਸਾਡਾ ਜਿਹੜਾ ਹੈੱਡ ਹੈੱਡਕੁਆਟਰ ਹੈ ਮਿਸਲ ਚੀਨ ਅਤਰਨਦਲ ਦਾ ਬਾਬਾ ਬਕਾਲਾ ਸਾਹਿਬ ਵਿਖੇ ਉੱਥੋਂ ਜਿਸ ਦਿਨ ਪਹਿਲੇ ਦਿਨੀ ਮੈਂ ਅੰਮ੍ਰਿਤ ਛੱਕੇ ਤੇ ਮੈਂ ਪਜਾਮਾ ਲੱਗਾ ਪਉਣ ਤੇ ਪੰਜ ਪਿਆਰਾਂ ਚੋ ਜਿਹੜੇ ਸਿੰਘ ਸਾਹਿਬ ਕਹਿੰਦੇ ਕਿੰਦੇ ਸਿੰਘਾ ਦਨਾਲੀ ਬੜੀ ਛੇਤੀ ਪਾਉਣ ਲੱਗਾ ਇਹ ਪਜਾਮੇ ਨੂੰ ਦਨਾਲੀ ਕਹਿੰਦੇ ਸਿੰਘ ਮੈਂ ਕਿਹਾ ਜੀ ਇੱਕਦਮ ਦੇਖਿਆ ਤੇ ਉਦੋਂ ਨਹੀਂ ਸੀ ਜ਼ਿਆਦਾ ਤੇ ਉਹਨਾਂ ਨੇ ਵਚਨ ਕੀਤਾ ਕਿ ਬਾਣੀ ਬਾਣਾ ਪੰਖ ਪਛਾਣੋ ਸਿੰਘ ਗੁਰੂ ਕਾ ਪੰਖੀ ਜਾਣੋ ਤੇ ਬਾਣੀ ਤੇ ਬਾਣਾ ਦੋ ਖੰਭ ਨੇ ਜੇ ਅੜਾਰੀਆਂ ਮਾਰਨੀ ਆ ਤੇ ਦੋਵੇਂ ਪਾ ਅਸੀਂ ਮਾਹਪੁਰਖਾਂ ਕੋ ਐ ਸਰੋਵਰ ਤੇ ਹੁੰਦੇ ਆ ਜੀ ਬਾਬਾ ਗਜਨ ਸਿੰਘ ਜੀ ਤੇ ਮਾਹਪੁਰਖ ਆਪਣੇ ਬਾਬਾ ਗੁਰਦੇਵ ਸਿੰਘ ਜੀ ਦੋਨੋਂ ਮਾਹਪੁਰਖ ਅਸੀਂ ਜਾ ਕੇ ਇਹ ਨਾਲ ਸੀ ਮੇਰੇ ਬਾਬਾ ਦਰਸ਼ਨ ਸਿੰਘ ਜੀ ਅਸੀਂ ਗਏ ਆ ਉਹਨਾਂ ਕੋ ਅਸ਼ੀਰਵਾਦ ਲਿਆ ਅਸੀਂ ਵਾਪਸ ਵੀ ਘਰ ਨਹੀਂ ਗਏ ਅਸੀਂ ਸਿੱਧਾ ਹੀ ਬਾਣਾ ਸਵੌਣ ਚਲ ਗਏ ਤਰਨਤਾਰਨ ਸਾਹਿਬ ਉੱਤੇ ਰਾਤ 12 ਵਜੇ ਜਾ ਕੇ ਉਹਨੇ ਸਿੰਘ ਨੇ ਬਣਾ ਸੀਗੇ ਦਿੱਤਾ ਪਾਇਆ ਤੇ ਅਗਲੇ ਦਿਨ ਫਿਰ ਜਦੋਂ ਹੋਏ ਤੇ ਬਾਬਾ ਜੋਗਾ ਸਿੰਘ ਜੀ ਜੋਗੇ ਇਸ ਸਮਾਧ ਬਾਬਾ ਨੌ ਸਿੰਘ ਜੀ ਵੀ ਕਿ সেবা ਕਰਦੇ ਨੇ ਉਹਨਾਂ ਨੇ ਆਪਣੇ ਹੱਥਾਂ ਦੇ ਨਾਲ ਦਾਸ ਦੇ ਸਿਰ ਤੇ ਦਮਾਲਾ ਚਲਾਇਆ ਸੀ ਜੀ ਚੰਦ ਟੋੜਾ ਲਾ ਕੇ ਤੇ ਇੱਕ ਮੈਂ ਹੋਰ ਬਚਨ ਕਰਦਾ ਕਿ ਦਾਸ ਦੇ ਸਿਰ ਤੇ ਕੇਸ ਬਿਲਕੁਲ ਨਹੀਂ ਸੀ ਹੈਗੇ ਸਿਰਫ ਸਾਈਡਾਂ ਤੇ ਹੀ ਥੋੜੇ ਥੋੜੇ ਜਦੋਂ ਦਮਾਲਾ ਚੜਾਉਣ ਲੱਗੇ ਮੈਂ ਕਿਹਾ ਜੀ ਮੇਰੇ ਸਿਰ ਤੇ ਕੇਸ ਹੈ ਨਹੀਂ ਆਪਾਂ ਕਹਿੰਦੇ ਸਿੱਖੀ ਕੇਸਾਂ ਅਸਾਸਾਂ ਦੇ ਨਾਲ ਤੇ ਦਾੜਾ ਜ਼ਰੂਰ ਹੈਗਾ ਪਰ ਸਿਰ ਤੇ ਤੇ ਬਾਬਾ ਜੋਗਾ ਸਿੰਘ ਜੀ ਕਹਿੰਦੇ ਵੀ ਜਿੰਨਾ ਮਾਹ ਪ੍ਰਖ ਅਰਦਾਸ ਕੀਤੀ ਕੀ ਗੱਲ ਉਹ ਕੇਸ ਨਹੀਂ ਆ ਸਕਦੇ ਤੇ ਅੱਜ ਮੈਂ ਦੱਸ ਦਵਾਂ ਕਿ ਮੇਰੇ ਪੂਰੇ ਸਿਰ ਤੇ ਕੇਸ ਨੇ ਜੀ ਬਹੁਤ ਲੰਬੇ ਲੰਬੇ ਐਸੀ ਮਹਾਰਾਜ ਕਿਰਪਾ ਕੀਤੀ ਕਿਉਂਕਿ ਕੇਸ ਤੋਂ ਹੀ ਇੱਕ ਸਿੱਖ ਦਾ ਜੀਵਨ ਸ਼ੁਰੂ ਹੁੰਦਾ ਵਾ ਤੇ ਮੈਂ ਬੱਚਿਆਂ ਨੂੰ ਵੀ ਕਹਾ ਬੇਨਤੀ ਕਰਦਾ ਕਿ ਸਾਰੇ ਕੇਸਾ ਧਾਰੀ ਹੋਵੋ ਕੇਸ ਕਤਲ ਨਾ ਕਰਾਓ ਗੁਰੂ ਪਾਸ਼ਾ ਦੇ ਲੜ ਲੱਗੋ ਤਿਆਰ ਪਰ ਤਿਆਰ ਸਿੰਘ ਸਜੋ ਪੂਰਨ ਗੁਰਸਿੱਖੀ ਜੀਵਨ ਚਾਓ ਤੇ ਜ਼ਿੰਦਗੀ ਦਾ ਆਨੰਦ ਮਾਣੋ ਜੀ ਜੈਜ ਲਾਹੌਰਿਆ ਦੇ ਨਾਮ ਤੇ ਤੁਹਾਨੂੰ ਜਿਆਦਾ ਜਾਣਿਆ ਜਾਂਦਾ ਸੀ ਤਾਂ ਕੇਸ ਨਹੀਂ ਸੀ ਤੁਹਾਡੇ ਸਿਰ ਤੇ ਉਸ ਸਮੇਂ ਤਾਂ ਵਿਲਨ ਦੇ ਰੋਲ ਜਿਹੜੇ ਸਭ ਤੋਂ ਜਿਆਦਾ ਤੁਹਾਡੇ ਵੱਲੋਂ ਉਦੋਂ ਕੀਤੇ ਜਾਂਦੇ ਸੀ ਸਭ ਤੋਂ ਉਹ ਰੋਲ ਦੱਸੋ ਜਿਸ ਤੋਂ ਤੁਹਾਡਾ ਫੇਮ ਤੇ ਤੁਸੀਂ ਆਏ ਲੋਕ ਤੁਹਾਨੂੰ ਪਸੰਦ ਕਰਨ ਲੱਪੇ ਉਹ ਕਿਹੜਾ ਫਿਲਮ ਸੀ ਜਾਂ ਕਿਹੜਾ ਗੀਤ ਸੀ ਜਿਸ ਤੋਂ ਤੁਸੀਂ ਲੋਕਾਂ ਦੀ ਨਜ਼ਰ 'ਚ ਆਏ ਬਾਬਾ ਜੀ ਉਸ ਟਾਈਮ ਪਰਾਂ ਜੇ ਮੈਂ ਤੁਹਾਨੂੰ ਦੱਸਾਂ ਜੀ ਜਦੋਂ ਸੌਂਗ ਮੇਰੇ ਖਿਆਲ ਦੇ ਨਾਲ ਮੇਰਾ ਪਹਿਲਾ ਜ਼ਿੰਦਗੀ ਦਾ ਸੌਂਗ ਸੀ ਵੈਸੇ ਸੋਨੂ ਸਿੰਘ ਦਾ ਲਾਲਾ ਲਾ ਹੋ ਜੀ ਮਿੱਤਰਾ ਮਾਰਨਾ ਗਲੀ ਦੇ ਵਿੱਚ ਗੇੜੇ ਐ ਉਸ ਤੋਂ ਬਾਅਦ ਤੇ ਸੈਂਕੜੇ ਸੌਂਗ ਕੀਤੇ ਪਰ ਜਦੋਂ ਉਸ ਟਾਈਮ ਤੇ ਕਾਫੀ ਸੌਂਗ ਇਕੱਠੇ ਚੱਲਦੇ ਸੀ ਜਿੱਥੋਂ ਲੰਗੀ ਦਾ ਸਲਾਮਾ ਹੁੰਦੀਆਂ ਨੇ ਅਸੀਂ ਉੱਡਦੇ ਪਰਿੰਦਿਆਂ ਨੂੰ ਲਾਉਣਾ ਜਾਣਦੇ ਇੰਨਾ ਕਾਫੀ ਸੀ ਪਰ ਮੈਂ ਬੇਨਤੀ ਕਰਾਂ ਜੀ ਆਪਾਂ ਨਾਲ ਹੀ ਇਸ ਪਾਸੇ ਤੁਰੀਏ ਮੇਰਾ ਮੇਨ ਜਿਹੜਾ ਇੰਟਰਵਿਊ ਦਾ ਕਾਰਨ ਇਹ ਨਹੀਂ ਕਿ ਮੈਂ ਆਪਣੇ ਆਪ ਨੂੰ ਫਿਰ ਦਰਸਾਵਾਂ ਯਾ ਕਿ ਮੈਨੂੰ ਮੈਂ ਕੰਮ ਵਾਸਤੇ ਕਿ ਫੇਰ ਕਹਿ ਰਹੇ ਆ ਯਾ ਕਿ ਆਪਣੇ ਨੰਫੇ ਵਾਸਤੇ ਕਰ ਰਹੇ ਆ ਮੈਂ ਇੰਟਰਵਿਊ ਜਿਹੜਾ ਦੇਣ ਦਾ ਬੇਨਤੀ ਮੇਰੀ ਇਹ ਆ ਕਿ ਕਾਰਨ ਇਹ ਆ ਕਿ ਜੇਕਰ ਮੈਨੂੰ ਦਾਸ ਨੂੰ ਦੇਖ ਕੇ ਜੇਕਰ ਕਿ ਆਪਣੇ ਐ ਸਿੱਖਾਂ ਦੇ ਬੱਚੇ ਜਿਹੜੇ ਕਿ ਸਿੱਖੀ ਤੋਂ ਮੁਨਕਰ ਹੋ ਕੇ ਆਪਣੇ ਕੇਸ ਕਤਲ ਕਰਵਾ ਰਹੇ ਨੇ ਨਸ਼ਿਆਂ 'ਚ ਪੈ ਕੇ ਆਪਣੀ ਜ਼ਿੰਦਗੀ ਰੋਲਨੇ ਨੇ ਉਹ ਉਹਨਾਂ ਦੇ ਚਰਨਾਂ 'ਚ ਬੇਨਤੀ ਹੈ ਜੇ ਮੈਨੂੰ ਦੇਖ ਕੇ ਤੁਸੀਂ ਕੇਸ ਰੱਖ ਲੋਗੇ ਇੱਕ ਵੀ ਸਿੰਘ ਕੇਸ ਰੱਖ ਲਏਗਾ ਨਾ ਮੈਨੂੰ ਫੋਟੋ ਪਾਇਓ ਮੈਂ ਉਹਦਾ ਬਾਰੀ ਹੋਵਾਂਗਾ ਤੇ ਮੈਨੂੰ ਬਹੁਤ ਖੁਸ਼ੀ ਹੋਏਗੀ ਕਿ ਮੇਰੀ ਜਿਹੜੀ ਇੰਟਰਵਿਊ ਦਿੱਤੀ ਹੈ ਕਾਮਯਾਬ ਹੋ ਜੇਕਰ ਇੱਕ ਵੀ ਇੱਕ ਵੀ ਲੜਕਾ ਜਿਹੜਾ ਬੱਚਾ ਕੇਸ ਰੱਖ ਲੇਗਾ ਤੇ ਮੇਰੀ ਇੰਟਰਵਿਊ ਦੇਣ ਦਾ ਮੇਨ ਜਿਹੜਾ ਨਾ ਇਹ ਕਾਰਨ ਇਹੀ ਆ ਕਿਉਂਕਿ ਪਿਛਲੇ 4-5 ਸਾਲ ਤੋਂ ਦਾਸ ਗੁਪਤ ਸੀਗਾ ਤੇ ਬਾਬਾ ਜੀ ਅਸੀਂ ਇਕੱਠੇ ਹੀ ਤਕਰੀਬਨ ਰਹੀਦਾ ਇਹਨਾਂ ਦੇ ਨਾਲ ਹੀ ਅਸੀਂ ਮਸਤ ਰਹਿੰਦੇ ਸੀ ਪਹਿਲਾਂ ਵੀ ਬਚਨ ਹੁੰਦੇ ਸੀ ਕਿ ਜੀ ਦਫਾ ਪਰ ਹੁਣ ਉਹ ਸਾਵੀ ਭਾਜੀ ਨੇ ਸਵਿੰਦਰ ਸਾਵੀ ਜੀ ਇੱਥੇ ਪ੍ਰੈਸ ਰਿਪੋਰਟਰ ਉਹਨਾਂ ਨੇ ਕਿਹਾ ਕਿ ਜੇਕਰ ਤੁਹਾਨੂੰ ਦੇਖ ਕੇ ਕੋਈ ਨਵੀਂ ਜਨਰੇਸ਼ਨ ਬੱਚੇ ਜਿਹੜੇ ਆ ਉਹ ਸਿੱਖੀ ਚਾਹੁੰਦੇ ਆ ਤੇ ਤੁਹਾਨੂੰ ਇੰਟਰਵਿਊ ਕਰਨੀ ਚਾ ਐ ਬਚਨ ਕੀਤੇ ਬਾਬਾ ਜੋਗਾ ਸਿੰਘ ਜੀ ਨੇ ਵੱਡੇ ਮਹਾਂਪੁਰਖਾਂ ਦੇ ਨਾਲ ਆਸ਼ੀਰਵਾਦ ਲਿਆ ਤੇ ਬਾਬਾ ਜੋਗਾ ਸਿੰਘ ਜੀ ਆਂਦੇ ਵੀ ਕੋਈ ਗੱਲ ਨਹੀਂ ਤੁਸੀਂ ਇਹ ਇੰਟਰਵਿਊ ਕਰ ਸਕਦੇ ਜੀ ਕਿੰਨੀ ਕੁ ਮਨ ਨੂੰ ਖੁਸ਼ੀ ਹੁੰਦੀ ਹੈ ਕਿ ਹੁਣ ਇਸ ਬਾਣੇ ਦੇ ਵਿੱਚ ਜਦੋਂ ਤੁਸੀਂ ਚੱਲਦੇ ਹੋ ਲੋਕ ਤੁਹਾਨੂੰ ਪਛਾਣਦੇ ਹੋ ਤੁਹਾਡੇ ਨਾਲ ਫੋਟੋਆਂ ਵੀ ਕਰਾਉਂਦੇ ਹੋਣਗੇ ਤੁਹਾਡੇ ਤੋਂ ਬਚਨ ਵੀ ਲੈਂਦੇ ਹੋਣਗੇ ਕਿ ਤੁਸੀਂ ਉਹਨਾਂ ਨੂੰ ਸਹੇਦ ਵੀ ਦਿੰਦੇ ਹੋ ਕਿ ਦੁਬਾਰਾ ਜਿਹੜਾ ਸਿੱਖੀ ਬਾਣੇ 'ਚ ਆਜੋ ਕਿੰਨੀ ਕੁ ਮਨ ਨੂੰ ਖੁਸ਼ੀ ਹੁੰਦੀ ਵਾਹਿਗੁਰੂ ਬਾਬਾ ਜੀ ਤੁਸੀਂ ਜਿਹੜਾ ਬਚਨ ਕੀਤਾ ਨਾ ਕਿ ਖੁਸ਼ੀ ਮੈਂ ਬੇਨਤੀ ਕਰਾਂ ਜੀ ਗੋਮਤ ਮੈਨੂੰ ਕੋਈ ਨਹੀਂ ਜਾਣਦਾ ਇਹ ਕਲਗੀਆਂ ਵਾਲੇ ਪਾਸ਼ਾ ਦਾ ਬਣਾ ਜੀ ਸਤਿਕਾਰ ਬਾਣੇ ਨੂੰ ਮੈਂ ਗਰੀਬ ਕਾਦੀ ਜਗ੍ਹਾ ਮੈਂ ਦੇ ਚਰਨਾਂ ਦੀ ਧੂੜ ਹਾਂ ਜੀ ਜਿਹੜਾ ਸਿਹਤ ਮੈਂ ਕਹਣਾ ਦੇਣ ਵਾਲਾ ਸਿਹਤ ਇਹ ਤੁਹਾਨੂੰ ਤੁਹਾਨੂੰ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਿੰਦੇ ਨੇ ਅਸੀਂ ਨਹੀਂ ਲੈਂਦੇ ਅਸੀਂ ਮੁਨਕਰ ਹੁੰਦੇ ਹਾਂ ਜੀ ਉਹਨਾਂ ਤੋਂ ਮੇਰੇ ਪਾਸ਼ਾ ਬਖਸ਼ਿਸ਼ ਕਰਨਾ ਜਦੋਂ ਕੋਈ ਵੀ ਮਿਲਦਾ ਜਾ ਉਹ ਮੈਨੂੰ ਨਹੀਂ ਮਿਲਦਾ ਮੇਰੀ ਏਕਾਤ ਕੀ ਬਾਬਾ ਜੀ ਮੈਂ ਤੇ ਤੁਹਾਡੇ ਚਰਨਾਂ ਦਾ ਦਾਸ ਹਾਂ ਸੰਗਤਾਂ ਦੇ ਚਰਨਾਂ ਦਾ ਅਰਦਾਸ ਦਾ ਬਾਣੀ ਦਾ ਸਤਕਾਰ ਹੈ ਤੇ ਬਸ ਅਰਦਾਸ ਕਰੋ ਕਿ ਮਹਾਰਾਜੇ ਬਾਣੀ ਤੇ ਬਾਣਾ ਸਵਾਸਾ ਨਿਭਾ ਦੇਣ ਜੀ ਇਹ ਨਾ ਹੈ ਕਦੀ ਸੋਚਿਆ ਸੀ ਜ਼ਿੰਦਗੀ ਚ ਗੁਰੂ ਸਾਹਿਬ ਇੰਨਾ ਨਜ਼ਦੀਕ ਲਿਆ ਕੇ ਪਿਆਰ ਦੇਣਗੇ ਤੁਹਾਨੂੰ ਉਹ ਤੇ ਰੰਗ ਹੈ ਜੀ ਕੀ ਕਹਿ ਸਕਦੇ ਆ ਸਭ ਉਹ ਹੀ ਜਾਣਦੇ ਆ ਸਭ ਉਹਨਾਂ ਦੀ ਖੇਡ ਆ ਜੀ ਉਹਨਾਂ ਦੀ ਮੈਂ ਗਰੀਬ ਕਾਹ ਦੀ ਜੁਗਾ ਜੀ ਅੱਜ ਅਕਾਲੀ ਜੀ ਨੇ ਜਦੋਂ ਵਚਨ ਕੀਤੇ ਕਿ ਸਤਕਾਰ ਜਿਹੜਾ ਸੀਗਾ ਜੀ ਆਪਜੀ ਦਾ ਕਰਨਾ ਤੇ ਮੇਰੇ ਮਨ ਦੇ ਵਿੱਚ ਆਇਆ ਵੀ ਮੇਰਾ ਕਹਦਾ ਮੈਂ ਗਰੀਬ ਕਹੇ ਜੋਗਾ ਵੀ ਨਹੀਂ ਮੈਂ ਕੀ ਕੀਤਾ ਵਾ ਵੀ ਸਤਕਾਰ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਆ ਪਰ ਜਿਹੜੀ ਭਾਵਨਾ ਹੁੰਦੀ ਹੈ ਨਾ ਜੀ ਭਾਵਨਾ ਉਹ ਬਹੁਤ ਕਾਊਂਟ ਕਰਦੀ ਆ ਜਿਹੜੀ ਹੁਣ ਗੁਰਸਿੱਖ ਅੱਜ ਜਦੋਂ ਅਕਾਲੀ ਜੀ ਨੇ ਬੁਲਾਇਆ ਮੈਂ ਪਹਿਲਾਂ ਵਜਨ ਕਰਨ ਲੱਗਾ ਸੀ ਕਿ ਅਕਾਲੀ ਜੀ ਕਿ ਮੈਂ ਰਹੀ ਇੰਨੀ ਅਕਾਤ ਨਹੀਂ ਫਿਰ ਮੈਂ ਕਿਹਾ ਵੀ ਬਾਣਾ ਗੁਰੂ ਸਾਹਿਬ ਜੀ ਦਾ ਜਿਹੜਾ ਬਾਣਾ ਵਾ ਵੀ ਇਹ ਸਤਕਾਰ ਬਾਣੇ ਦਾ ਵਾ ਤੇ ਜਾਣਾ ਚਾਹੀਦਾ ਆ ਕੇ ਫਿਰ ਇੱਥੇ ਆ ਜਦੋਂ ਦੇਖਿਆ ਨਿਗਰ ਨਿਗਰ ਭਜੰਗ ਸਿੰਘ ਇਹਦੇ ਖਾਲਸਾ ਜੀ ਇੱਥੇ ਇਨੇ ਸੇਵਾ ਵਾਲੇ ਸਿੰਘ ਤੇ ਬੜਾ ਮਨ ਖੁਸ਼ ਹੋਇਆ ਅੱਜ ਨਾ ਜਿਸ ਤਰ੍ਹਾਂ ਇਹ ਅੱਜ ਸੰਗਰਾਂਦ ਦਾ ਪਹਿਲਾ ਦਿਨ ਆ ਤੇ ਹੁਣੇ ਦਾਸ ਬਰ ਹੱਤ ਹੋਣ ਗਿਆ ਸੀਗਾ ਤੇ ਮੇਰੇ ਦੋਸਤ 17 ਸਾਹਿਬ ਸਿੰਘ ਉਹਨਾਂ ਦੇ ਬੇਟੇ ਵੀ ਦੋ ਮੈਂ ਉਹਨਾਂ ਨੂੰ ਦੇਖਿਆ ਵੀ ਦੋਨਾਂ ਬਾਣੇ ਚ ਤੇ ਮੈਂ ਇਨਾ ਮਨ ਖੁਸ਼ ਹੋਇਆ ਉਹ ਵੀ ਕਹਿੰਦੇ ਕਿ ਸਾਨੂੰ ਪਹਿਲਾਂ ਕੋਈ ਜਾਣਦਾ ਨਹੀਂ ਸੀ ਹੁਣ ਜਦੋਂ ਬਾਬਾ ਜੀ ਕਹਿੰਦੇ ਤੇ ਮੈਂ ਕਿਹਾ ਵੀ ਉਹ ਤੁਹਾਨੂੰ ਖੜਾ ਕਹਿੰਦੇ ਆ ਉਹ ਤੇ ਬਾਣੇ ਨੂੰ ਕਹਿੰਦੇ ਆ ਤੇ ਤੁਸੀਂ ਤਿਆਰਪੁਰ ਤਿਆਰ ਸਿੰਘ ਸੱਜੋ ਖਾਲਸਾ ਜੀ ਸਾਡੇ ਇੰਨੇ ਭਜੰਗਸਰ ਨਿਕਰੇ ਕੇ ਦੇ ਕੇ ਇਹ ਹਿਮਗੁੰਡ ਸਾਹਿਬ ਦਰਸ਼ਨ ਹੋਏ ਸੀ ਖਾਲਸਾ ਜੀ ਦੇ ਨਾਲ ਹੀ ਦੋ ਦੰਦ ਦੋਹਲਾਬਾਦ ਮਹਾਰਾਜ ਨੇ ਫਿਰ ਮਿਲਤਾ ਅਕਾਲੀ ਜੀ ਨੇ ਅੱਜ ਜਦੋਂ ਇੰਨੇ ਸਾਨੂੰ ਸਿੰਘਾਂ ਨਾਲ ਦਰਸ਼ਨ ਮਿਲੇ ਜੋੜ ਮੇਲੇ ਕਰਾਤੇ ਤੇ ਜੇ ਬਾਬਾ ਜੀ ਦਾਸ ਨੇ ਕਿਤੇ ਬਾਣਾ ਧਰ ਨਾ ਕੀਤਾ ਹੁੰਦਾ ਤੇ ਮੈਂ ਮੈਨੂੰ ਗਰੀਬ ਨੂੰ ਇਹ ਕਿੱਥੇ ਕਿਸੇ ਨੇ ਇੱਥੇ ਤੇ ਬੁਲਾਉਣਾ ਸੀਗਾ ਮੇਰੀ ਇਕਾਤ ਨਹੀਂ ਇਹਦੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜੀ ਨੇ ਇਹ ਸਿੰਘਾਂ ਨੂੰ ਸਿੰਘ ਬਣਾਉਂਦੇ ਆ ਮੇਰੀ ਬੇਨਤੀ ਆ ਵੀਰੋ ਵੀ ਕਿੱਸਾ ਧਰੀ ਹੋ ਸਿੰਘ ਸਜੋ ਤਿਆਰ ਬਰ ਤਿਆਰ ਚੜਦੀ ਕਲਾ ਚ ਰਹੋ ਜ਼ਿੰਦਗੀ ਦੇ ਆਨੰਦ ਮਾਣਨੇ ਆ ਤੇ ਇਹ ਆਪਣੇ ਅਸਲੀ ਸਰੂਪ ਦੇ ਵਿੱਚ ਆਓ ਅਕਾਲੀ ਜੀ ਨਾਲ ਮੌਜੂਦ ਹੈ ਅਕਾਲੀ ਜੀ ਅੱਜ ਇੱਕ ਪਾਸੇ ਸੰਗਰਾਦ ਵੀ ਹੈ ਤੇ ਦੂਜੇ ਪਾਸੇ ਭਾਈ ਤਾਰੂ ਜੀ ਦਾ ਸ਼ਹੀਦੀ ਦਿਵਸ ਵੀ ਹੈ ਜੀ ਭਾਈ ਤਾਰੂ ਸਿੰਘ ਜੀ ਦਾ ਸ਼ਹੀਦੀ ਦਿਵਸ ਵੀ ਹੈ ਅੱਜ ਤੇ ਅੱਜ ਤੁਹਾਡੇ ਵੱਲੋਂ ਇਹਨਾਂ ਨੂੰ ਇੱਥੇ ਬੁਲਾ ਕੇ ਸਨਮਾਨਿਤ ਕੀਤਾ ਗਿਆ ਕਿਉਂਕਿ ਦੁਬਾਰਾ ਸਿੱਖੀ ਬਾਣੇ ਚ ਆ ਜੁੜੇ ਹੈ ਕੀ ਕਹਿਣਾ ਚਾਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਲਕੁਲ ਜੀ ਸਿੱਖ ਯੂਥ ਪਾਵਰ ਆਫ ਪੰਜਾਬ ਦੇ ਸਮੂਹ ਸਿੰਘਾਂ ਦੇ ਵੱਲੋਂ ਅੱਜ ਇੱਥੇ ਗੁਰਦਰਾ ਕਲਗੀਦਰ ਸਾਹਿਬ ਆਜਾਦਨਗਰ ਵੇ ਇਹਨਾਂ ਨੂੰ ਬੁਲਾਇਆ ਗਿਆ ਸੀਗਾ ਬੇਨਤੀ ਕੀਤੀ ਸੀ ਸੋ ਇਹਨਾਂ ਨੇ ਸਾਡੀ ਬੇਨਤੀ ਸਵੀਕਾਰ ਕੀਤੀ ਆਏ ਨੇ ਅਸੀਂ ਇਹ ਸਾਡਾ ਫਰਜ਼ ਵੀ ਬਣਦਾ ਸੀਗਾ ਕਿਉਂਕਿ ਬਹੁਤ ਵੱਡੀ ਇੱਕ ਗੱਲ ਆ ਤੇ ਬਹੁਤ ਵੱਡਾ ਮੈਸੇਜ ਵੀ ਜਾਂਦਾ ਖਾਸ ਕਰਕੇ ਜਿਹੜੀ ਸਾਡੀ ਉਹ ਨੌਜਵਾਨੀ ਜਿਹੜੀ ਅੱਜ ਪਤ ਤਾ ਜਿਹੜੀ ਨੌਜਵਾਨੀ ਸਾਡੀ ਲੱਚਰਤਾ ਦਾ ਸ਼ਿਕਾਰ ਆ ਸਿੱਖ ਮਾਨਸਿਕ ਨਸਲ ਕੁਚੀ ਦਾ ਸ਼ਿਕਾਰ ਜਿਹੜੀ ਸਾਡੇ ਬੱਚੇ ਹੋ ਰਹੇ ਨੇ ਉਹਨਾਂ ਨੇ ਇੱਕ ਮੈਸੇਜ ਸੀਗਾ ਸੋ ਅਸੀਂ ਚਾਹੁੰਦੇ ਸੀ ਕਿ ਇਸ ਮੈਸੇਜ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਵੱਡੇ ਪੱਧਰ ਦੇ ਉੱਤੇ ਜਿਹੜਾ ਉਹ ਲੈ ਕੇ ਜਾਈਏ ਸੋ ਭਾਈ ਸਾਹਿਬ ਦੀਆਂ ਇੰਟਰਵਿਊਸ ਆਪਾਂ ਅਸੀਂ ਪਹਿਲਾਂ ਵੀ ਦੇਖੀਆਂ ਸੀ ਅਸੀਂ ਹੋਰ ਵੀ ਚਾਹੁੰਦੇ ਸੀ ਤੁਹਾਨੂੰ ਅਸੀਂ ਬੇਨਤੀ ਕੀਤੀ ਸੀ ਚਲੋ ਆਏ ਹੋ ਤੁਹਾਡਾ ਵੀ ਧੰਨਵਾਦ ਸਾਰੇ ਆਣ ਦਾ ਸੋ ਕਾਰਨ ਸਾਡਾ ਇਹ ਵੀ ਸੀਗਾ ਦੂਜਾ ਕਾਰਨ ਇਹ ਕਿ ਹਰ ਗੁਰਸਿੱਖ ਜਿਹੜਾ ਇਹੋ ਜੇ ਪਹਿਰੇ ਚੋਂ ਨਿਕਲ ਕੇ ਇੱਕ ਇਨਸਾਨ ਜਿਹੜਾ ਆਜੇ ਗੁਰੂ ਸਾਹਿਬ ਦੇ ਚਰਨਾਂ 'ਚ ਜੁੜ ਜੇ ਬਹੁਤ ਵੱਡੀ ਗੱਲ ਹੁੰਦੀ ਹੈ ਬੇਸ਼ੱਕ ਗੁਰੂ ਸਾਹਿਬ ਦੀ ਕਿਰਪਾ ਸਦਕਾ ਹੀ ਆ ਉਹ ਚੁਣਦੇ ਆ ਮਹਾਰਾਜ ਹਰ ਇੱਕ ਨੂੰ ਹਰ ਇੱਕ ਤੇ ਕਿਰਪਾ ਵੀ ਨਹੀਂ ਹੁੰਦੀ ਪਰ ਉਹਦੇ ਵਾਸਤੇ ਬਾਣੀ ਦਾ ਧਾਰਨ ਹੋਣਾ ਬਹੁਤ ਜ਼ਰੂਰੀ ਆ ਸੋ ਇਹ ਗੱਲਾਂ ਕਰ ਦੱਸ ਰਿਹਾ ਸੀ ਕਿ ਪਹਿਲਾਂ ਵੀ ਬਾਣੀ ਦਾ ਪਹਿਰਾ ਬਹੁਤ ਸੀਗਾ ਫਿਰ ਸੰਗਤ ਜਿਹੜੀ ਸੀ ਜਿਵੇਂ ਭਾਈ ਸਾਹਿਬ ਜੀ ਨੇ ਸਰਪੰਨ ਸਾਹਿਬ ਨਾਲ ਸੰਗਤ ਦਾ ਵੀ ਅਸਰ ਬਹੁਤ ਮੈਟਰ ਕਰਦਾ ਜਿਹੜੀ ਥੋੜੀ ਸੰਗਤ ਹੁੰਦੀ ਆ ਨਾ ਉਹ ਸੰਗਤ ਤੁਹਾਨੂੰ ਬਹੁਤ ਕੁਝ ਸਿੱਖਿਆ ਦਿੰਦੀ ਆ ਜੇ ਤੁਸੀਂ ਮਾੜੀ ਸੰਗਤ 'ਚ ਹੁੰਨੇ ਹੋ ਤਾਂ ਫਿਰ ਮਾੜਾ ਪ੍ਰਭਾਵ ਟੁੱਟਦੇ ਹੁੰਦਾ ਮਨੋਵਿਰਤੀ ਮਾੜ ਸੋ ਅਸੀਂ ਸਾਡਾ ਫਰਜ਼ ਹੀ ਸਨਮਾਨਤ ਕਰਨਾ ਇਹਨਾਂ ਨੂੰ ਇਹਨਾਂ ਨੂੰ ਨਹੀਂ ਹਰ ਅਸੀਂ ਉਸ ਗੁਰਸਿੱਖ ਨੂੰ ਸਨਮਾਨਤ ਕਰਨਾ ਆਪਣਾ ਡਿਊਟੀ ਸਮਝਦੇ ਹਾਂ ਸਤਕਾਲ ਦੀ ਡਿਊਟੀ ਸਮਝਦੇ ਹਾਂ ਜਿਹੜਾ ਗੁਰਸਿੱਖੀ ਜੀਵਨ ਦੇ ਨਾਲ ਜੁੜਦਾ ਜਿਹੜਾ ਗੁਰੂ ਸਾਹਿਬ ਦੇ ਵੱਲੋਂ ਬਖਸ਼ੇ ਸਿਧਾਂਤਾਂ ਤੇ ਪਹਿਰਾ ਦਿੰਦਾ ਸੋ ਸਾਡੇ ਨਾਲ ਇੱਥੇ ਜਿੰਨੇ ਵੀ ਸਿੰਘ ਸਵਾਵਾ ਕਰਦੇ ਨੇ ਜਥੇਬੰਦੀ ਤੁਸੀਂ ਜਾਣਦੇ ਹੋ ਵਿਚਰਦੇ ਰਹਿੰਦੇ ਹੋ ਸਾਰੇ ਕੀਰਤੀ ਨੇ ਤੇ ਕੀਰਤ ਕਰਨ ਦੇ ਨਾਲ ਨਾਲ ਸਾਰੇ ਸਿੱਖੀ ਦੇ ਪ੍ਰਚਾਰ ਪ੍ਰਸਾਰ ਵਾਸਤੇ ਦਿਨ ਰਾਤ ਜੁਟੇ ਹੋਏ ਨੇ ਜਿਸ ਸਥਾਨ ਤੇ ਆਪਾਂ ਇੱਥੇ ਬੈਠੇ ਹੋਏ ਹਾਂ ਗੁਰਦਰਾ ਕਲਗੀਧਰ ਸਾਹਿਬ ਇਥੋਂ ਦੇ ਸਾਡੇ ਮੁਖ ਸੇਵਾਦਾਰ ਨੇ ਭਾਈ ਜਤਿੰਦਰ ਸਿੰਘ ਜੀ ਨੇ ਦੇ ਜਦੋਂ ਦੀ ਕਮੇਟੀ ਬਣੀ ਆ ਭਾਈ ਮਨੀਂਦਰ ਸਿੰਘ ਜੀ ਨੰਗ ਸਿੰਘ ਇਹ ਸਿੰਘ ਸਾਰੇ ਨਾਲ ਤੇ ਬਾਕੀ ਸੇਵਾਦਾਰ ਰਲ ਕੇ 70 ਬੱਚੇ ਇੱਥੇ ਜਿਹੜੇ ਆ ਇਸ ਵੇਲੇ ਗਤਕੇ ਦੀ ਟ੍ਰੇਨਿੰਗ ਲੈਂਦੇ ਨੇ ਗੁਰਬਾਣੀ ਸੰਤਿਆ ਕਰਦੇ ਨੇ ਬੜੀ ਗੁਰੂ ਸਾਹਿਬ ਦੀ ਕਿਰਪਾ ਵਾ ਤੇ ਮਕਸਦ ਇਹ ਹੀ ਆ ਕਿ ਸਾਡਾ ਜਿਹੜਾ ਸਿਧਾਂਤਾਂ ਦਾ ਪ੍ਰਚਾਰ ਆ ਮਰਿਆਦਾ ਦਾ ਪ੍ਰਚਾਰ ਆ ਗੁਰਸਿੱਖੀ ਦਾ ਪ੍ਰਚਾਰ ਆ ਉਹ ਹੋਣਾ ਚਾਹੀਦਾ ਕਿਉਂਕਿ ਹਰ ਇੱਕ ਸਿੱਖ ਹੀ ਪ੍ਰਚਾਰਕ ਆ ਉਹ ਕਿਸੇ ਪਹਿਰਾਵੇ 'ਚ ਹੋ ਸਕਦਾ ਪਰ ਜੇ ਬਾਣੇ 'ਚ ਤੇ ਨਾਲ ਦੀ ਤੇ ਕੋਈ ਰੀਸ ਹੀ ਨਹੀਂ ਤੇ ਉਹਦਾ ਫਰਜ਼ ਬਣਦਾ ਕਿ ਉਹ ਪ੍ਰਚਾਰ ਕਰੇ ਤਰੀਕਾ ਕੋਈ ਵੀ ਹੋ ਸਕਦਾ ਕੋਈ ਸੋਸ਼ੀਓਲੋਜੀ ਪ੍ਰਚਾਰ ਕਰਦਾ ਕੋਈ ਚੰਗਾ ਲਿਖਦਾ ਕੋਈ ਚੰਗਾ ਬੋਲਦਾ ਕੋਈ ਗੁਰਬਾਣੀ ਦੀ ਸੰਥਿਆ ਦਿੰਦਾ ਗੱਦਕਾ ਸਿਖਾਉਂਦਾ ਸੋ ਜਿਸ ਤਰੀਕੇ ਨਾਲ ਵੀ ਆਪਾਂ ਪ੍ਰਚਾਰ ਕਰ ਸਕਦੇ ਆ ਪ੍ਰਚਾਰ ਕਰੀਏ ਸੋ ਇਹ ਵੀ ਇੱਕ ਮਾਧਿਅਮ ਆ ਪ੍ਰਚਾਰ ਦਾ ਸੋ ਇਹ ਇੱਕ ਬਹੁਤ ਵੱਡਾ ਐਗਜ਼ਾਮਪਲ ਆਪਣੇ ਕੋਲ ਜਿਹੜਾ ਵਾ ਉਹ ਇਹਨਾਂ ਨੇ ਸੈੱਟ ਕੀਤਾ ਵਾ ਮੈਂ ਆਸ ਕਰਦਾ ਹਾਂ ਕਿ ਜਿਹੜੀ ਨੌਜਵਾਨੀ ਸਾਡੀ ਅੱਜ ਭਟਕੀ ਹੋਈ ਆ ਜਿਹੜੀ ਆ ਮੂਸੀਆ ਤੇ ਬੱਬੂ ਮਾਨ ਵਰਗਿਆਂ ਨੂੰ ਲੈਜੈਂਡ ਮੰਨੀ ਬੈਠੀ ਆ ਉਹਨਾਂ ਨੂੰ ਸਮਝਣਾ ਪੈਣਾ ਇਹ ਕੋ ਸਮੇਂ ਦੀਆਂ ਖੇਡਾਂ ਨੇ ਇਹ ਨਾਸ਼ਵਾਨ ਚੀਜ਼ਾਂ ਨੇ ਅਸਲ ਦੇ ਵਿੱਚ ਜਿਹੜਾ ਜਿਸ ਧਰਮ ਨੂੰ ਤੁਸੀਂ ਬਿਲੋਂਗ ਕਰਦੇ ਮੈਟਰ ਨਹੀਂ ਕਰਦਾ ਆਪਾਂ ਪਰ ਸਿੱਖੀ ਦੀ ਗੱਲ ਕਰ ਰਹੇ ਆਂ ਆਪਾਂ ਆਪਣੇ ਮਰਿਆਦਾ ਦੀ ਗੱਲ ਕਰਾਂਗੇ ਵੀ ਜਿਹੜੇ ਸਿੱਖ ਬੱਚੇ ਅੱਜ ਭਟਕੇ ਹੋਏ ਨੇ ਉਹਨਾਂ ਨੂੰ ਇਹ ਸਮਝਣਾ ਚਾਹੀਦਾ ਕਿ ਤੁਹਾਨੂੰ ਇਹ ਲੱਗਦਾ ਸਭ ਕੁਝ ਠੀਕ ਆ ਲੱਗਦਾ ਐਨਜਾਇਮੈਂਟ ਆ ਪਰ ਇਹ ਸਾਰਾ ਕੁਝ ਹੀ ਮਰੇ ਦੇ ਵੇਖੋ ਰੋਕਿਆ ਹੋਇਆ ਆ ਆ ਗੰਦੇ ਗਾਣੇ ਜਿਹੜੇ ਸਾਡੇ ਬੱਚੇ ਸੁਣਦੇ ਨੇ ਗੁਰੂ ਸਾਹਿਬ ਨੇ ਉੱਤੇ ਪ੍ਰਮਾਣ ਕੀਤਾ ਹੋਇਆ ਗੰਧ ਨਵੈਣ ਸੁਣੇ ਔਰ ਜਾਵੇ ਨਾਮ ਲੈ ਤਲਕਾ ਆ ਗੰਦੇ ਗਾਣੇ ਸੁਣ ਕੇ ਤਲਝ ਜਾਣਾ ਵਾ ਤੇ ਨਾਮ ਜਪਣ ਲੱਗਿਆ ਬਾਣੀ ਪੜ ਲੱਗਿਆ ਤੈਨੂੰ ਵਾਸੀਆਂ ਹੋਣ ਲੱਗ ਜਾਂਦੀਆਂ ਸੋ ਸਾਨੂੰ ਉਹ ਚੀਜ਼ ਸਮਝਣੀ ਪੈਣੀ ਉਹ ਡਾਲ ਜੀ ਸਮ ਆਸ ਕਰਦੇ ਆ ਕਿ ਇਹਨਾਂ ਤੋਂ ਸਿੱਖਿਆ ਲੈ ਕੇ ਵੈਸੇ ਤੇ ਸਾਡੇ ਕੋਲ ਜਿਵੇਂ ਭਾਈ ਤਾਰੂ ਸਿੰਘ ਜੀ ਦੀ ਆਪ ਜੀ ਨੇ ਅੱਜ ਗੱਲ ਕੀਤੀ ਆ ਕਿ ਕਿੱਡੇ ਵੱਡੇ ਸ਼ਹੀਦ ਨੇ ਤੇ ਕਿੱਡੀ ਵੱਡੀ ਉਹਨਾਂ ਦੀ ਸ਼ਹਾਦਤ ਦਾ ਤੇ ਕਿੱਡਾ ਵੱਡਾ ਇਤਿਹਾਸ ਆ ਐਵੇਂ ਸਾਡੇ ਕੋਲ ਬੇਅੰਤ ਸ਼ਹੀਦ ਨੇ 9 ਲੱਖ ਦੇ ਕਰੀਬ ਸਾਡਾ ਸਿਰ ਲੱਗਿਆ ਹੋਇਆ ਵਾ ਸਾਡੇ ਕੋਲ ਬੇਅੰਤ ਸ਼ਹਾਦਤਾਂ ਨੇ ਅਜਿਹੀਆਂ ਜਿਹੜੀਆਂ ਐਗਜ਼ਾਮਪਲ ਸੈੱਟ ਕਰਦੀਆਂ ਨੇ ਸਹਬਜ਼ਾਦੇ ਦੀ ਐਗਜ਼ਾਮਪਲ ਸ਼ਹਾਦਤਾਂ ਐਗਜ਼ਾਮਪਲ ਸੈੱਟ ਕਰਦੀਆਂ ਨੇ ਸਾਨੂੰ ਲੋੜ ਨਹੀਂ ਹੈਗੀ ਜਿਹੇ ਲੱਚਰ ਗਾਇਕਾਂ ਦੀ ਅਜੇ ਨਕਲੀ ਹੀ ਰੂਮਾਂ ਦੀ ਉਹਨਾਂ ਕੋ ਸਿੱਖਿਆ ਲੈਣ ਦੀ ਜਿਵੇਂ ਮੈਂ ਕਈ ਵਾਰੀ ਸੁਣਦਾ ਹੁੰਨਾ ਜੀ ਅੱਜ ਦੇ ਕੁਝ ਗਾਇਕ ਇਹ ਜੀ ਨੇ ਜਿਨ੍ਹਾਂ ਨੇ ਪੱਗ ਨੂੰ ਪ੍ਰਮੋਟ ਕੀਤਾ ਯਾਰ ਜੀ ਇਹਨਾਂ ਲੱਚਰਾਂ ਨੇ ਪੱਗ ਨੂੰ ਪ੍ਰਮੋਟ ਕੀਤਾ ਫਿਰ ਉਹ ਯੋਧੇ ਕਿੱਥੇ ਜਾਣਗੇ ਉਹ ਸ਼ਹੀਦ ਕਿੱਥੇ ਜਾਣਗੇ ਜਿਨ੍ਹਾਂ ਨੇ ਇਸ ਦਸਤਾਰ ਦੇ ਵਾਸਤੇ ਸਰਬੰਸ ਵਾਰੇ ਨੇ ਜਿਨ੍ਹਾਂ ਨੇ ਪਰਿਵਾਰ ਵਾਰੇ ਨੇ ਉਹਨਾਂ ਨੇ ਮਾਵਾਂ ਨੂੰ ਕਿੱਥੇ ਰੱਖਾਂਗੇ ਜਿਨ੍ਹਾਂ ਨੇ ਨੇਜਿਆਂ ਦੇ ਬੱਚੇ ਟੰਗਾਇੇ ਦੇ ਸੋ ਸਾਨੂੰ ਇਹ ਸਮਝਣਾ ਪੈਣਾ ਗੁਰੂ ਕਿਰਪਾ ਕਰੇ ਆਸ ਕਰਦਿਆਂ ਕਿ ਜਿਹੜੇ ਬੱਚੇ ਨੇ ਉਹ ਇਹਨਾਂ ਕੋ ਸੇਧ ਲੈ ਕੇ ਗੁਰੂ ਸਾਹਿਬ ਦੇ ਚਨਲ ਨਾਲ ਜੁੜਨਗੇ ਜੀ ਜੀ ਏਸੀ ਪਰਮਜੀਤ ਸਿੰਘ ਅਕਾਲੀ ਜਿਨ੍ਹਾਂ ਵੱਲੋਂ ਕੀ ਅੱਜ ਜਗਜੀਵਨ ਸਿੰਘ ਉਰਫ ਜੈਦ ਲਾਹੌਰੀਆਂ ਨੂੰ ਸਨਮਾਨਿਤ ਕੀਤਾ ਗਿਆ ਕਿਉਂਕਿ ਇਹ ਪਹਿਲੇ ਸਿੱਖੀ ਬਾਣੀ 'ਚ ਨਹੀਂ ਸੀ ਤੇ ਪੰਜਾਬੀ ਫਿਲਮ ਇੰਡਸਟਰੀ 'ਚ ਲੰਬਾ ਸਮਾਂ ਇਹਨਾਂ ਨੇ ਕੰਮ ਕੀਤਾ ਲੇਕਿਨ ਗੁਰੂ ਸਾਹਿਬ ਨੇ ਕਿਰਪਾ ਕੀਤੀ ਤੇ ਅੱਜ ਹੁਣ ਇਹ ਸਿੱਖੀ ਬਾਣੇ ਦੇ ਵਿੱਚ ਐ ਤੇ ਅੱਜ ਭਾਈ ਤਾਰੂ ਸਿੰਘ ਜੀ ਦਾ ਸ਼ਹੀਦੀ ਦਿਵਸ ਵੀ ਐ ਤੇ ਸੰਗਰਾਦ ਵੀ ਐ ਇਸ ਮੌਕੇ ਜਗਜੀਵਨ ਸਿੰਘ ਜੀ ਨੂੰ ਇੱਥੇ ਬੁਲਾ ਕੇ ਸਿੱਖ ਜਥੇਬੰਦੀਆਂ ਵੱਲੋਂ ਪਰਮਜੀਤ ਸਿੰਘ ਅਕਾਲੀ ਹੋਣਾਂ ਵੱਲੋਂ ਇਹਨਾਂ ਨੂੰ ਸਨਮਾਨਿਤ ਕੀਤਾ ਗਿਆ ਤਾਂ ਮੈਸੇਜ ਇਹ ਦਿੱਤਾ ਜਾ ਰਿਹਾ ਹੈ ਕਿ ਜਿਹੜੇ ਸਿੱਖ ਪਰਿਵਾਰਾਂ 'ਚੋਂ ਬੱਚੇ ਐ ਜੋ ਸਿੱਖ ਬਾ ਨਾਤੇ ਨਹੀਂ ਹੈ ਉਹਨਾਂ ਨੂੰ ਦੁਬਾਰਾ ਜਿਹੜਾ ਸਿੱਖੀ ਚ ਆਉਂਦੀ ਲੋੜ ਹੈ ਕੇਸ ਕਤਲ ਨਹੀਂ ਕਰਵਾਉਣੇ ਚਾਹੀਦੇ ਜਿਸ ਕਰਕੇ ਅੱਜ ਦੀ ਇਹ ਇੰਟਰਵਿਊ ਇਹਨਾਂ ਵੱਲੋਂ ਦਿੱਤੀ ਗਈ ਹੈ ਕਿ ਇਹਨਾਂ ਵੱਲ ਦੇਖ ਕੇ ਹੀ ਲੋਕ ਸੇਧ ਲੈਣ ਇਹਨਾਂ ਦਾ ਕਹਿਣਾ ਹੈ ਕਿ ਅਗਰ ਇੱਕ ਵੀ ਵਿਅਕਤੀ ਜਿਹੜਾ ਹੈ ਸਾਡੀ ਇਸ ਇੰਟਰਵਿਊ ਨੂੰ ਦੇਖ ਕੇ ਸਿੱਖੀ ਜੀਵਨ ਚ ਦੁਬਾਰਾ ਹੁੰਦਾ ਤੇ ਸਮਝਾਂਗੇ ਕਿ ਸਾਡਾ ਜੀਵਨ ਸਫਲ ਹੋ ਗਿਆ ਕੈਮਰਾਮੈਨ ਪ੍ਰਦੀਪ ਦੇ ਨਾਲ ਮੁਕੇਸ਼ ਮਹਿਰਾ ਸੁਰਖਾਪ ਟੀਵੀ ਅੰਮ੍ਰਿਤਸਰ